ਦੋਸਤੋ ਅੱਜ ਅਸੀਂ ਸ਼ੰਭੂ ਬਾਰਡਰ 'ਤੇ ਹਾਂ। ਜਿੱਥੇ ਅਸੀਂ ਖੜ੍ਹੇ ਹਾਂ ਇਹ ਪਿੰਡ ਗਦਾਪੁਰ ਦਾ ਲੰਗਰ ਹੈ ਔਰ ਜਿੰਨਾ ਹੌਂਸਲਾ ਜਿੰਨੀ ਹਿੰਮਤ ਇੱਥੋਂ ਦੀ ਸੰਗਤ ਦੀ ਹੈ ਇਹ ਬਾ ਕਮਾਲ ਹੈ। ਵੇਖ ਕੇ ਮਨ ਖੁਸ਼ ਹੋਇਆ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਲੱਗੇ ਹੋਏ ਨੇ ਇਸ ਮੋਰਚੇ ਦੇ ਵਿੱਚ, ਲੰਗਰ ਦੀ ਸੇਵਾ ਕਰ ਰਹੇ ਆ ਔਰ ਨਾਲ ਦੀ ਨਾਲ ਹੋਰਨਾਂ ਨੂੰ ਪ੍ਰੇਰਿਤ ਕਰ ਰਹੇ ਨੇ। ਔਰ ਨਾਲ ਜੇ ਮੈਂ ਗੱਲ ਕਰਾਂ ਜਿਹੜੇ ਮੇਰੇ ਨਾਲ ਇਹ ਵੀਰ ਖੜ੍ਹੇ ਨੇ, ਨਰਪਿੰਦਰ ਸਿੰਘ, ਨਰਪਿੰਦਰ ਸਿੰਘ ਇਹ ਵੀਰ ਦਾ ਨਾਂ ਹੈ। ਔਰ ਜਿੱਥੋਂ ਇੱਥੇ ਮੋਰਚੇ 'ਚ ਲੋਕ ਆਏ ਅਤੇ ਜਿਸ ਤਰੀਕੇ ਦੇ ਨਾਲ ਭਗਦੜ ਹੋਈ ਹੈ, ਰੋਜ਼ ਭੱਜਦੌੜ ਹੁੰਦੀ ਰਹੀ ਹੈ ਫਸਲਾਂ ਦੇ ਵਿੱਚ, ਲੋਕ ਜਦੋਂ ਗੋਲੇ ਸੁੱਟਦੀ ਸੀ ਫੋਰਸ, ਲੋਕ ਆਪ ਮੁਹਾਰੇ ਫਸਲਾਂ ਦੇ ਵਿੱਚ ਨੂੰ ਪੜ ਜਾਂਦੇ ਸੀਗੇ ਔਰ ਵੱਡੇ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦਾ। ਪਰ ਇਹ ਵੀਰ ਦੀ ਅਸੀਂ ਹਿੰਮਤ ਇਹਦੇ ਹੌਂਸਲੇ ਦੀ ਦਾਅ ਦਿੰਦੇ ਹਾਂ ਕਿ ਇਹਨਾਂ ਦਾ 7 ਏਕੜ ਕਣਕ ਬਰਬਾਦ ਹੋਈ ਹੈ ਅਤੇ ਨਾਲ ਦੀ ਨਾਲ ਉਹਦੇ ਵਿੱਚ ਜੋ ਇਹਨਾਂ ਦਾ ਜੰਗਲਾਤ ਵਾਸਤੇ ਇਹਨਾਂ ਦੀ ਫਸਲ ਦੇ ਰੂਪ ਦੇ ਵਿੱਚ ਪਾਪੂਲਰ ਲਾਇਆ ਸੀਗਾ ਉਹ ਵੀ ਟੁੱਟ ਗਿਆ, ਖਤਮ ਹੋ ਗਿਆ ਸਭ ਕੁਛ। ਲੇਕਿਨ ਇਹਨਾਂ ਵੀਰਾਂ ਨੂੰ ਅਸੀਂ ਜਦੋਂ ਕਿਹਾ ਯਾਰ ਅਸੀਂ ਤੁਹਾਡੀ ਮਦਦ ਕਰਾਂਗੇ, ਮਦਦ ਕਰਨੀ ਸਾਡਾ ਫਰਜ਼ ਬਣਦਾ, ਸਾਡਾ ਵੈਸੇ ਹੀ ਫਰਜ਼ ਬਣਦਾ ਸੀ ਕਿ ਸਾਡੇ ਇੱਕ ਕਿਸਾਨ, ਅਸੀਂ ਸਮੁੱਚੀ ਕਿਸਾਨੀ ਦੀ ਸੇਵਾ ਲਈ ਉਹਦੀ ਲੜਾਈ ਲੜ ਰਹੇ ਹਾਂ ਅਤੇ ਇੱਕ ਕਿਸਾਨ ਸਾਡੇ ਸਾਹਮਣੇ ਉਹਦੀ ਫਸਲ ਖਤਮ ਹੋ ਗਈ, ਤਬਾਹ ਹੋ ਗਈ, ਉਹਦੀ ਮਦਦ ਕਰੀਏ। ਅਤੇ ਇਹਨਾਂ ਵੀਰ ਨੇ ਕਿਹਾ ਕਿ ਨਹੀਂ। ਉਸੇ ਦਿਨ ਤੋਂ ਮੇਰਾ ਐਲਾਨ ਹੈ ਕਿ ਮੇਰਾ ਜੋ ਨੁਕਸਾਨ ਹੋਇਆ ਮੈਂ ਇਸ ਮੋਰਚੇ ਦੇ ਲੇਖੇ ਲਾਉਣਾ ਹੈ। ਮੈਂ ਧੰਨਵਾਦੀ ਹਾਂ ਇਹੋ ਜਿਹੇ ਵੀਰਾਂ ਦਾ ਜਿਹੜੇ ਏਡੀ ਹਿੰਮਤ ਹੌਂਸਲਾ ਰੱਖਦੇ ਨੇ। ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਮੈਦਾਨ 'ਚ ਉਤਰਦੀਆਂ ਹੈ ਉਦੋਂ ਫਿਰ ਇਹ ਮੋਰਚੇ ਜਿੱਤਦੇ ਹੁੰਦੇ ਆ ਏਡੇ ਵੱਡੇ ਹੌਂਸਲਿਆਂ ਦੇ ਨਾਲ, ਜਿਵੇਂ ਲੰਗਰ ਲਾ ਰਹੇ ਨੇ ਲੋਕ। ਕਿਉਂਕਿ ਕਦੇ ਵੀ ਲੜਾਈ ਲੜਨ ਵਾਲੇ ਲੋਕਾਂ ਨੂੰ, ਅੰਦੋਲਨਕਾਰੀ ਲੋਕਾਂ ਨੂੰ ਜੇ ਕਿਤੇ ਘਾਟ ਪੈਂਦੀ ਹੈ ਤਾਂ ਲੰਗਰਾਂ ਦੀ ਪੈਂਦੀ ਹੁੰਦੀ ਹੈ। ਔਰ ਇੱਥੇ ਲੋਕਾਂ ਦਾ ਦੋਨਾਂ ਮੋਰਚਿਆਂ ਦੇ ਉੱਤੇ ਬਾ ਕਮਾਲ ਲੰਗਰ ਦੀ ਸੇਵਾ ਚੱਲ ਰਹੀ ਹੈ, ਕਿਸੇ ਵੀ ਪਾਸੇ ਕੋਈ ਕਮੀ ਨਹੀਂ ਪੇਸ਼ ਹੋ ਰਹੀ। ਔਰ ਇਸ ਕਰਕੇ ਮੈਂ ਬੇਨਤੀ ਕਰੂੰਗਾ ਬਾਕੀ ਵੀ ਸੰਗਤਾਂ ਨੂੰ ਕਿ ਆਉਣ ਵਾਲਾ ਜਿਹੜਾ ਸਮਾਂ, ਬੜੀ ਗਰਮੀ ਆਉਣੀ ਹੈ, ਹਾੜੀ ਕੱਟਣੀ ਹੈ, ਉਸ ਵੇਲੇ ਲੇਬਰ ਨੇ ਖੇਤਾਂ 'ਚ ਕੰਮ ਕਰਨਾ, ਕਿਰਪਾ ਕਰਕੇ ਇੱਕ ਤਾਂ ਉਸ ਵੇਲੇ ਮੋਰਚਿਆਂ ਨੂੰ ਆਪਾਂ ਮਜ਼ਬੂਤ ਰੱਖਣਾ, ਮਜ਼ਬੂਤੀ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜਾ ਇਹ ਮੋਰਚਾ ਹੈ ਨਾ ਇਹ ਇੱਕ ਵੱਖਰੀ ਕਿਸਮ ਦਾ ਮੋਰਚਾ ਹੈ ਦੋਸਤੋ, ਇਹ ਤੁਹਾਡੀ ਮਜ਼ਬੂਤੀ ਨੇ, ਵੱਧ ਗਿਣਤੀ ਨੇ। ਇਸ ਮੋਰਚੇ ਨੂੰ ਸਰਕਾਰਾਂ ਦੇ ਪੋਲੀਟੀਕਲ ਪਾਰਟੀਆਂ ਨੂੰ ਫਿਕਰ ਪਾਉਣਾ ਹੈ ਕਿ ਲੋਕਾਂ ਦੀ ਇਹਨਾਂ ਮੰਗਾਂ ਦੇ ਉੱਤੇ, ਇਹਨਾਂ ਮੁੱਦਿਆਂ ਦੇ ਉੱਤੇ ਉਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਕਰਨ, ਉਹਦੇ ਆਪਦਾ ਮਨ ਬਣਾਉਣ ਕਿ ਕਿਸਾਨਾਂ ਨੂੰ ਆਹ ਚੀਜ਼ਾਂ ਦੇਣੀਆਂ ਪੈਣਗੀਆਂ ਕਿਉਂਕਿ ਲੋਕ ਅੰਦੋਲਨ 'ਤੇ ਨੇ। ਸੋ ਇਸ ਕਰਕੇ ਸੋਚਣ ਦੀ ਲੋੜ ਨਹੀਂ ਹੈ ਕਿ ਬਈ ਹੁਣ ਤਾਂ ਚੋਣ ਜ਼ਾਬਤਾ ਲਾਗੂ ਹੋ ਗਿਆ, ਹੁਣ ਕੀ ਮਿਲਣਾ ਤਾਂ ਸਰਕਾਰ ਨਹੀਂ। ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਕਿ ਸਰਕਾਰ ਵੀ ਹੈ ਨਹੀਂ, ਮੋਰਚਾ ਚੱਲ ਰਿਹਾ ਔਰ ਆਉਣ ਵਾਲੀ ਪੋਲੀਟੀਕਲ ਪਾਰਟੀਆਂ ਦੇ ਲਈ ਫਿਕਰ ਬਣਿਆ ਹੋਇਆ। ਸਾਰੀਆਂ ਸਰਕਾਰਾਂ ਜਿਹਨੇ ਵੀ ਸਰਕਾਰ ਬਣਾਉਣੀ ਹੈ, ਹਰ ਇੱਕ ਪੋਲੀਟੀਕਲ ਧਿਰ ਨੂੰ ਇਹ ਸੋਚਣਾ ਪੈ ਰਿਹਾ ਕਿ ਜਦੋਂ ਵੀ ਸਿੰਘਾਸਨ 'ਤੇ ਬੈਠਣਾ ਹੈ ਉਦੋਂ ਪਹਿਲਾਂ ਕਿਸਾਨਾਂ ਦੇ ਮਸਲੇ ਹੱਲ ਕਰਨੇ ਪੈਣਗੇ। ਸੋ ਇਹ ਬਹੁਤ ਵੱਡੀ ਗੱਲ ਹੈ, ਇਹ ਮੋਰਚਾ ਤੁਹਾਡਾ ਭਰਾਵੋ, ਤਕੜੇ ਹੋ ਕੇ ਲੜੋ। ਇਹੋ ਜਿਹੇ ਵੀਰਾਂ ਦੀ ਹਿੰਮਤ, ਇਹੋ ਜਿਹੇ ਵੀਰਾਂ ਦੇ ਹੌਂਸਲੇ ਕੰਨੀ ਨਿਗਾਹ ਮਾਰੋ ਕਿ 7 ਕਿੱਲੇ ਥੋੜ੍ਹੇ ਨਹੀਂ ਹੁੰਦੇ, 4-4 ਕਿੱਲਿਆਂ ਨਾਲ ਲੋਕ ਗੁਜ਼ਾਰਾ ਕਰਦੇ, 2-2 ਕਿੱਲਿਆਂ ਨਾਲ ਲੋਕ ਗੁਜ਼ਾਰਾ ਕਰਦੇ ਆ ਅਤੇ 7 ਕਿੱਲੇ ਫਸਲ ਤਬਾਹ ਹੋ ਗਈ, ਵਿੱਚ ਪਾਪੂਲਰ ਲੱਗਿਆ ਸੀ, ਪਾਪੂਲਰ ਲੋਕਾਂ ਨੇ ਤੋੜ ਮਰੋੜਤਾ ਤਾਂ ਟੁੱਟ ਗਿਆ। ਲੇਕਿਨ ਇਹਨਾਂ ਨੇ ਫਿਰ ਵੀ ਆਪਦਾ ਹੌਂਸਲਾ ਇਸ ਮੋਰਚੇ ਦੇ ਪ੍ਰਤੀ ਏਡਾ ਵੱਡਾ ਰੱਖਿਆ ਹੈ ਕਿ ਭਾਵੇਂ ਕੁਛ ਨੁਕਸਾਨ ਹੋ ਗਿਆ ਮੈਂ ਕੋਈ ਪੈਸਾ ਨਹੀਂ ਲੈਣਾ। ਸੋ ਇਹੋ ਜਿਹੇ ਵੀਰ ਜਦੋਂ ਮੈਦਾਨ 'ਚ ਆਉਂਦੇ ਆ
ਮੋਰਚਾ ਹਮੇਸ਼ਾ ਜਿੱਤਦਾ। ਵਾਹਿਗੁਰੂ ਕਿਰਪਾ ਕਰੋ, ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨ, ਏਡੀ ਵੱਡੀ ਪੱਧਰ 'ਤੇ ਲੰਗਰਾਂ ਦੀ ਸੇਵਾ ਚੱਲਦੀ ਹੈ, ਮੋਰਚਾ ਜਿੱਤਾਂਗੇ। ਸੋ ਇਸ ਕਰਕੇ ਤਕੜੇ ਹੋ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੋ। ਆਉਣ ਵਾਲਾ ਸਮਾਂ ਜਿਹੜਾ ਉਹ ਥੋੜ੍ਹਾ ਜਿਹਾ ਆਪਣੇ 'ਤੇ ਆਏਗਾ ਕਿ ਕਣਕ ਦੀ ਹਾੜੀ ਦੀ ਕਟਾਈ ਹੈ, ਉਦੋਂ ਮੋਰਚੇ ਨੂੰ ਕਮਜ਼ੋਰ ਨਹੀਂ ਪੈਂਦਾ। ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।